इंसान पाई पाई जोड़ के अपनी मेहनत की कमाई इकट्ठी करता है कि वह अपना बुढ़ापा या अपने बच्चों का चंगा भविख बना सके। पर कई बार नौसरबाज कह लिए या ठग कह लिए उन्होंने कमाई से अजिही नज़र रखते हैं या अजिहा हाथ साफ करते हैं, क्यों पलों के ही उन्होंने अपन गलों से लैके बर्बाद कर जाते हैं। रिश्तेदार बन के फोन आया तो मैनू भूआ जी कह लगे भी भूआ जी मत्था टेकदा। मैं क्या हाँ गोल्डी की हाल है तुहाडा? उन्होंने कहा भी भूआ जी फुफड़ जी घर ही है। मैं क्या हाँ जी। कहिंदा फुफड़ जी जरा फोन दिओ। ਮਤਲਬ ਜਦੋਂ ਤੁਸੀਂ ਆਪਣੇ ਮੂੰਹੋਂ ਨਾ ਲਿਆ ਤਾਂ ਗੋਲਡੀ ਉਹਦਾ ਜਿਵੇਂ ਤੁਸੀਂ ਆਪਣੇ ਮੂੰਹੋਂ ਨਾ ਲਿਆ, ਮੈਂ ਆਪਣੇ ਮੂੰਹੋਂ ਲਾ ਲਿਆ। ਉਹਨੇ ਪਹਿਲਾਂ ਇਹੋ ਕਿਹਾ ਵੀ ਮੱਥਾ ਟੇਕਦਾ ਜੀ ਅਤੇ ਹਾਂ, ਅਤੇ ਮੈਂ ਕਹਿ ਦਿਆ, ਮੈਂ ਕਿਹਾ ਗੋਲਡੀ ਤੂੰ ਹੈ, ਤੂੰ ਤਾਂ ਮੈਨੂੰ ਕਦੀ ਯਾਦ ਨਹੀਂ ਕੀਤਾ ਅਤੇ ਹੁਣ ਕਿੱਦਾਂ ਯਾਦ ਆ ਗਈ? ਕੋਈ ਹੈ ਕੋਈ ਮੈਂ ਕਨੇਡਾ ਤੋਂ ਬੋਲਣ ਡਿਆ। ਕਿਵੇਂ ਤੁਹਾਡੇ ਨਾਲ ਜਦੋਂ ਮਾਤਾ ਜੀ ਨੇ ਫੋਨ ਫੜਾਇਆ ਕੀ ਗੱਲਬਾਤ ਹੋਈ? ਔਰ ਜਦੋਂ ਮੈਨੂੰ ਫੋਨ ਫੜਾਇਆ ਅਤੇ ਮੈਨੂੰ ਕਿਹਾ ਖਬਰ ਜੀ ਤੁਸੀਂ ਭੂਈ ਨੂੰ ਅਤੇ ਮੇਰੀ ਮੰਮੀ ਨੂੰ ਜਾਂ ਮੇਰੇ ਟੱਬਰ ਨੂੰ ਨਹੀਂ ਦੱਸਣਾ, ਮੇਰੇ ਸਾਰੇ ਕਾਗਜ਼ ਪੱਤਰ ਨੇ ਥਾਣੇ ਵਾਲਿਆਂ ਨੂੰ ਖੋ ਕੇ ਅਤੇ ਰੱਖ ਲੈਣਾ। ਅਸੀਂ ਤਿੰਨ ਜਣੇ ਸੀ, ਅਸੀਂ ਪਾਰਟੀ ਦੇ, ਮੈਂ ਸ਼ਰਾਬ ਨਹੀਂ ਪੀਤੀ, ਉਹਨਾਂ ਦੋਵਾਂ ਨੇ ਸ਼ਰਾਬ ਪੀਤੀ ਅਤੇ ਗੋਰੇ ਦੀ ਬੋਤਲ ਸਿਰ 'ਚ ਮਾਰਤੀ। ਗੋਰਾ ਹਸਪਤਾਲ ਦਾਖਲ ਹੈ ਔਰ ਤੁਹਾਨੂੰ ਪੂਰੀ ਜਿੱਦਾਂ ਮਰਜ਼ੀ ਹੋ ਮੈਨੂੰ ਛਡਾਓ। ਉਹ ਕਹਿੰਦਾ ਵੀ ਵਕੀਲ ਕਹਿੰਦਾ ਦੇਖ ਕਿੰਨਾ ਬੰਦਾ ਪਿਆ, ਬਹੁਤ ਸਹਿੰਦਾ, ਬਹੁਤ ਤਰਲੇ ਕਰਦਾ, ਛੇਤੀ ਕਰੋ। ਮੈਂ ਕਿਹਾ ਮੈਂ ਪਹੁੰਚ ਗਿਆ, ਹੁਣ ਅੰਦਰ ਤੋਂ ਵੜ ਕੇ ਗੱਲ ਹੀ ਕਰਨੀ ਨਾ, ਫਿਰ ਹੀ ਮਿਲਣੇ। ਮੈਂ ਤਦ ਤੱਕ ਜਾ ਕੇ ਆਪਣੇ ਕਾਪੀ ਤੋਂ ਸਾਡੀ ਸਾਂਝੀ ਕਾਪੀ 'ਚ ਮੈਂ ਪੈਸੇ ਕਢਾ ਕੇ। ਉਹਦੀ ਮਾਂ ਨੇ ਕਿਹਾ ਵੀ ਗੋਲਡੀ ਤੈਨੂੰ ਕੀ ਹੋਇਆ, ਤੇਰੀ ਭੂਈ ਨੂੰ ਤੂੰ ਪੈਸੇ ਮੰਗੇ ਨੇ? ਉਹਨੇ ਕਿਹਾ ਮੰਮੀ ਮੈਂ ਵੀਡੀਓ ਕਾਲ ਕਰਨਾ ਭੂਈ ਨੂੰ। ਉਹਨੇ ਫਿਰ ਸਾਨੂੰ ਵੀਡੀਓ ਕਾਲ ਕੀਤੀ, ਕਹਿੰਦਾ ਭੂਈ ਦੇਖੋ ਮੈਂ ਗੱਡੀ ਟਰਾਲਾ ਲੈ ਕੇ ਅਮੈਰੀਕਾ ਨੂੰ ਜਾ ਰਹੀ। ਉਹਦੀ ਆਵਾਜ਼ ਮੈਨੂੰ ਰੋਂਦੇ ਦੀ ਆਵਾਜ਼ ਵੀ ਸੁਣਾਈ ਉਹਨੇ ਇੰਨੇ ਟਾਈਮ ਦੇ ਵਿੱਚ, ਫਿਰ ਮੈਂ ਪੈਸੇ ਪਾ ਦਿੱਤੇ। ਆਰਮੀ ਦੇ ਵਿੱਚੋਂ ਰਿਟਾਇਰਡ ਉਹੀ ਫਿਰ ਜੁੜੇ ਹੋਣਗੇ ਪੈਸੇ? ਹਾਂਜੀ, ਪੈਨਸ਼ਨ ਦੇ ਜਿਹੜੇ ਮੇਰੇ ਵਾਧੇ ਘੰਟੇ ਫੰਡ ਫੁੰਡ ਮਿਲੇ ਆ ਉਹੀ ਹੋਰ ਤਾਂ ਮੇਰੀ ਕੋਈ ਆਮਦਨੀ ਨਹੀਂ ਹੈ। ਪਰਿਵਾਰ ਦੇ ਵਿੱਚ ਤੁਸੀਂ ਦੋਨੋਂ ਬੱਚੇ? ਬੱਚੇ ਸਾਡੇ ਬਾਹਰ ਨੇ, ਸਾਡੇ ਨਾਲ ਉਹਨਾਂ ਦਾ ਕੋਈ ਸੰਪਰਕ ਨਹੀਂ। ਤਿੰਨ ਛਾਪਾਂ ਸੀ, ਚਾਰ ਤੋਲੇ ਦਾ ਕੜਾ ਸੀ, ਤੋਲੇ ਤੋਲੇ ਛਾਪਾਂ ਸੀ, 7 ਤੋਲੇ ਸੋਨਾ ਸੀ। ਟਾਂਡੇ ਗਏ ਆ, ਟਾਂਡੇ ਗਏ ਅਤੇ ਕਿਸੇ ਨੇ ਕਿਹਾ ਵੀ ਬਾਪੂ 10 ਰੁਪਈਏ ਦੇ ਅਤੇ ਇਹ ਕੱਢ ਕੇ ਦੇਣ ਲੱਗ ਪਏ। ਦੇਣ ਲੱਗ ਪਏ ਅਤੇ ਉਹਨਾਂ ਨੇ ਕੋਈ ਨੱਕ ਨੂੰ ਸੰਗਾ ਅਤੇ ਸੋਨਾ ਸਾਰਾ ਲਾ। ਪੂਰਾ ਖਾਤਾ ਖਾਲੀ, ਬਿਲਕੁਲ ਖਾਲੀ ਹੋ ਗਿਆ, ਕੋਈ 10-20 ਰੁਪਈਏ ਹੋਣਗੇ ਜਿਹੜੇ ਹੋਣਗੇ। ਬਸ ਮੈਂ ਸਾਰਾ ਕਰਕੇ ਇੱਥੇ ਆਇਆ ਹੀ ਹਾਂ ਅਤੇ ਫਿਰ ਸਾਡੇ ਮੇਰੇ ਰਿਸ਼ਤੇਦਾਰ ਮੇਰੇ ਤੋਂ ਵੀ ਪਹਿਲਾਂ ਇੱਥੇ ਰੂਮ ਪਿੱਟਣ ਦੇ ਟਾਈਮ 'ਤੇ ਉਹ ਵੀ ਆ ਗਏ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਸੁਖਵਿੰਦਰ ਸਿੰਘ। ਇਨਸਾਨ ਪਾਈ ਪਾਈ ਜੋੜ ਕੇ ਆਪਣੀ ਮਿਹਨਤ ਦੀ ਕਮਾਈ ਇਕੱਠੀ ਕਰਦਾ ਹੈ ਕਿ ਉਹ ਆਪਣਾ ਬੁਢਾਪਾ ਜਾਂ ਆਪਣੇ ਬੱਚਿਆਂ ਦਾ ਚੰਗਾ ਭਵਿੱਖ ਬਣਾ ਸਕੇ। ਪਰ ਕਈ ਵਾਰ ਨੌਸਰਬਾਜ ਕਹਿ ਲਈਏ ਜਾਂ ਠੱਗ ਕਹਿ ਲਈਏ ਉਹਨਾਂ ਦੀ ਕਮਾਈ 'ਤੇ ਅਜਿਹੀ ਨਜ਼ਰ ਰੱਖਦੇ ਨੇ ਜਾਂ ਅਜਿਹਾ ਹੱਥ ਸਾਫ ਕਰਦੇ ਨੇ, ਕਿਉਂ ਪਲਾਂ ਦੇ ਵਿੱਚ ਹੀ ਉਹਨਾਂ ਨੂੰ ਆਪਣੀਆਂ ਗੱਲਾਂ 'ਚ ਲੈ ਕੇ ਬਰਬਾਦ ਕਰ ਜਾਂਦੇ ਨੇ। ਇੱਕ ਮਾਮਲਾ ਪਿੰਡ ਮਿਆਣੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਬਜ਼ੁਰਗ ਸਾਬਕਾ ਸੂਬੇਦਾਰ ਚਰਨ ਸਿੰਘ ਹੋਰਾਂ ਦੇ ਨਾਲ ਲਗਭਗ 6 ਲੱਖ ਦੀ ਠੱਗੀ ਵੱਜੀ ਹੈ। ਬਜ਼ੁਰਗ ਜੋੜਾ ਇਕੱਲਾ ਘਰ ਦੇ ਵਿੱਚ ਰਹਿੰਦਾ, ਕਿਵੇਂ ਇਹ ਠੱਗੀ ਦੇ ਸ਼ਿਕਾਰ ਹੋਏ ਨੇ, ਸਾਰੀ ਗੱਲਬਾਤ ਕਰਦੇ ਹਾਂ। ਮਾਤਾ ਜੀ ਕੀ ਨਾਂ ਤੁਹਾਡਾ? ਹਰਬੰਸ ਕੌਰ। ਮਾਤਾ ਜੀ ਕੀ ਗੱਲ ਹੋਈ ਸੀ, ਕਿਵੇਂ ਇਹ ਸਾਰਾ ਕੁਝ ਤੁਹਾਡੇ ਨਾਲ ਠੱਗੀ ਵਿੱਚ? ਸਾਨੂੰ ਫੋਨ ਆਇਆ ਸੀ ਬਾਹਰੋਂ, ਮੇਰੇ ਰਿਸ਼ਤੇਦਾਰ ਬਣ ਕੇ। ਅੱਛਾ ਜੀ। ਰਿਸ਼ਤੇਦਾਰ ਬਣ ਕੇ ਫੋਨ ਆਇਆ ਅਤੇ ਮੈਨੂੰ ਭੂਆ ਜੀ ਕਹਿਣ ਲੱਗੇ ਵੀ ਭੂਆ ਜੀ ਮੱਥਾ ਟੇਕਦਾ। ਮੈਂ ਕਿਹਾ ਹਾਂ ਗੋਲਡੀ ਕੀ ਹਾਲ ਹੈ ਤੁਹਾਡਾ? ਉਹਨਾਂ ਨੇ ਕਿਹਾ ਵੀ ਭੂਆ ਜੀ ਫੁੱਫੜ ਜੀ ਘਰ ਹੀ ਹੈ। ਮੈਂ ਕਿਹਾ ਹਾਂਜੀ। ਕਹਿੰਦਾ ਫੁੱਫੜ ਜੀ ਨੂੰ ਜਰਾ ਫੋਨ ਦਿਓ। ਅੱਗੇ ਇਹਨਾਂ ਨੇ ਫੜ ਲਿਆ, ਫੜ ਕੇ ਅਤੇ ਇਹਨਾਂ ਨਾਲ ਪਤਾ ਨਹੀਂ ਕੀ ਗੱਲਬਾਤ ਉਹਨਾਂ ਨੇ ਕੀਤੀ। ਇਹਨਾਂ ਨੇ ਬਸ ਹਾਂ ਕਰਕੇ ਅਤੇ 2-3 ਵਾਰੀ ਪੈਸੇ ਪਾ ਦਿੱਤੇ। ਅੱਛਾ, ਮਤਲਬ ਜਦੋਂ ਤੁਸੀਂ ਆਪਣੇ ਮੂੰਹੋਂ ਨਾ ਲਿਆ ਤਾਂ ਗੋਲਡੀ ਉਹਦਾ ਜਿਵੇਂ ਤੁਸੀਂ ਆਪਣੇ ਮੂੰਹੋਂ ਨਾ ਲਿਆ, ਮੈਂ ਆਪਣੇ ਮੂੰਹੋਂ ਲਾ ਲਿਆ। ਉਹਨੇ ਪਹਿਲਾਂ ਇਹੋ ਕਿਹਾ ਵੀ ਮੱਥਾ ਟੇਕਦਾ ਜੀ ਅਤੇ ਹਾਂ, ਅਤੇ ਮੈਂ ਕਹਿ ਦਿਆ, ਮੈਂ ਕਿਹਾ ਗੋਲਡੀ ਤੂੰ ਹੈ, ਤੂੰ ਤਾਂ ਮੈਨੂੰ ਕਦੀ ਯਾਦ ਨਹੀਂ ਕੀਤਾ ਅਤੇ ਹੁਣ ਕਿੱਦਾਂ ਯਾਦ ਆ ਗਈ? ਭੂਈ ਹੈ ਭੂਈ ਮੈਂ ਕਨੇਡਾ ਤੋਂ ਬੋਲਣ ਡਿਆ।
ਤੇ ਮੈਂ ਕਿਹਾ ਆਵਾਜ਼ ਨਹੀਂ ਮੈਂ ਤੇਰੀ ਪਛਾਣਦੀ ਹੈ ਅਤੇ ਆਵਾਜ਼ ਤੇਰੀ ਨਹੀਂ ਹੈਗੀ ਅਤੇ ਕਹਿੰਦਾ ਨਹੀਂ ਪੂਰੀ ਇੱਦਾਂ ਮੌਸਮ ਦੇ ਨਾਲ ਬਦਲੀ ਜਾਂਦੀ ਹੈ। ਇਸ ਤੋਂ ਬਾਅਦ ਇਹਨਾਂ ਨੇ ਫੋਨ ਫੜ ਲਿਆ, ਇਹਨਾਂ ਨਾਲ ਪਤਾ ਨਹੀਂ ਉਹਨਾਂ ਨੇ ਕੀ ਗੱਲਬਾਤ ਕੀਤੀ, ਇਹਨਾਂ ਨੂੰ ਝਾਸੇ ਲੈ ਕੇ ਅਤੇ ਸਾਰਾ ਪੈਸਾ ਦੇ ਆਏ। ਬਾਬੀ ਕੀ ਨਾਮ? ਸੁਭਦਰ ਚੰਦ ਸਿੰਘ। ਕਿਵੇਂ ਤੁਹਾਡੇ ਨਾਲ ਜਦੋਂ ਮਾਤਾ ਜੀ ਨੇ ਫੋਨ ਫੜਾਇਆ ਕੀ ਗੱਲਬਾਤ ਹੋਈ? ਔਰ ਜਦੋਂ ਮੈਨੂੰ ਫੋਨ ਫੜਾਇਆ ਅਤੇ ਮੈਨੂੰ ਕਿਹਾ ਫੱਬਰ ਜੀ ਤੁਸੀਂ ਭੂਈ ਨੂੰ ਅਤੇ ਮੇਰੀ ਮੰਮੀ ਨੂੰ ਜਾਂ ਮੇਰੇ ਟੱਬਰ ਨੂੰ ਨਹੀਂ ਦੱਸਣਾ, ਮੇਰੇ ਸਾਰੇ ਕਾਗਜ਼ ਪੱਤਰ ਥਾਣੇ ਵਾਲਿਆਂ ਨੇ ਖੋ ਕੇ ਅਤੇ ਰੱਖ ਲੈਣਾ। ਅਤੇ ਅਸੀਂ ਤਿੰਨ ਜਣੇ ਸੀ, ਅਸੀਂ ਪਾਰਟੀ ਦੇ, ਮੈਂ ਸ਼ਰਾਬ ਨਹੀਂ ਪੀਤੀ, ਉਹਨਾਂ ਦੋਵਾਂ ਨੇ ਸ਼ਰਾਬ ਪੀਤੀ ਅਤੇ ਗੋਰੇ ਦੀ ਬੋਤਲ ਸਿਰ 'ਚ ਮਾਰਤੀ, ਗੋਰਾ ਹਸਪਤਾਲ ਦਾਖਲ ਹੈ। ਔਰ ਸਾਨੂੰ ਮੈਂ ਪੱਪੂ ਜੀ ਜਿੱਦਾਂ ਮਰਜ਼ੀ ਹੋ ਮੈਨੂੰ ਛਡਾਓ। ਅਤੇ ਮੈਂ ਕਿਹਾ ਵੀ ਮੇਰੇ ਕੋਲ ਤਾਂ ਪੈਸੇ ਨਹੀਂ। ਫਿਰ ਉਹ ਕਹਿਣ ਲੱਗੇ ਵੀ ਜਿਸ ਤਰ੍ਹਾਂ ਵੀ ਮਰਜ਼ੀ ਕੋਈ ਬੰਦੋਬਸਤ ਕਰੋ। ਅਤੇ ਮੈਂ ਕਿਹਾ ਚਲੋ ਦੇਖਦੇ ਹਾਂ। ਇੰਨੇ ਕਰਦਿਆਂ ਨੇ ਮੇਰੇ ਮਨ 'ਚ ਵਿਚਾਰ ਆਇਆ ਕਿ ਇੱਕ ਰਿਸ਼ਤੇਦਾਰ ਕਹਿੰਦਾ ਪਿਆ ਵੀ ਮੇਰੀ ਮਦਦ ਕਰੋ, ਅਤੇ ਮੈਂ ਕਿਹਾ ਵੀ ਰਿਸ਼ਤੇਦਾਰਾਂ ਨੂੰ ਜੇ ਕਹਿ ਤਾਂ ਤੁਸੀਂ ਕਹਿਣਗੇ ਵੀ ਸਾਡੀ ਮਦਦ ਨਹੀਂ ਕੀਤੀ। ਮੈਂ ਇਸ ਮਾਹੌਲ ਦੇ ਵਿੱਚ ਇੱਥੋਂ ਹਾਂ ਕਰਨੀ। ਫਿਰ ਮੈਨੂੰ ਕਹਿੰਦੇ ਪੁੱਤਰ ਵੀ ਭਤੀਜਾ ਵੀ ਮੇਰਾ ਸਾਲਾਨਾ ਮੈਨੂੰ ਕੁਛ ਕਹੇ ਵੀ ਮੇਰੀ ਸਾਡੀ ਮਦਦ ਨਹੀਂ ਕੀਤੀ। ਮੈਂ ਇਸੇ ਵਿਚਾਰ 'ਚ ਕਿਹਾ, ਮੈਂ ਕਿਹਾ ਜੀ ਮੈਂ, ਕਹਿੰਦੇ ਬੈਂਕ ਕਿੰਨੀ ਦੂਰ ਹੈ? ਇੰਨੀ ਗੱਲਾਂ ਵਿੱਚ ਮੈਂ ਕਿਹਾ ਬੈਂਕ ਤਾਂ ਸਾਡੇ ਤੋਂ 15 ਮਿੰਟਾਂ ਦਾ ਰਸਤਾ ਹੈ। ਉਹ ਕਹਿੰਦੇ ਫਿਰ ਤੁਸੀਂ ਤੁਹਾਡੀ ਅਸੀਂ ਤੁਹਾਡੀ ਵੇਟ ਕਰਦੇ ਹਾਂ ਅਤੇ ਤੁਸੀਂ ਜਲਦੀ ਜਾਓ, ਕੰਨ ਨਾਲ ਫੋਨ ਨਾ ਲਾਇਓ ਅਤੇ ਅਸੀਂ ਤੁਹਾਡੇ ਨਾਲ ਗੱਲਾਂ ਕਰਦੇ ਰਹਾਂਗੇ। ਠੀਕ ਹੈ। ਮੈਂ ਇਸੇ ਤਰ੍ਹਾਂ ਬੈਂਕ 'ਚ ਚਲਾ ਗਿਆ। ਜਾ ਕੇ ਅਤੇ ਮੈਂ ਅਸੀਂ ਪਹੁੰਚਿਆ ਅਤੇ ਫਿਰ ਮੈਨੂੰ ਕਾਲ ਕਰਤੀ, ਪਾਪਾ ਜੀ ਤੁਸੀਂ ਪਹੁੰਚੇ ਕਿ ਪਹੁੰਚੇ? ਮੈਨੂੰ ਰੋ ਰੋ ਕੇ ਦੱਸੀ ਹੈ ਅਤੇ ਕਿਹਾ ਵਕੀਲ ਕਹਿਣਾ ਸੀ, ਜੇ ਵਕੀਲ ਜਗਮੋਹਨ ਸਿੰਘ ਬਣਿਆ ਚੰਡੀਗੜ੍ਹ, ਕਹਿੰਦਾ ਮੇਰਾ ਪਿੰਡ ਹੈ। ਉਹ ਕਹਿੰਦਾ ਵੀ ਵਕੀਲ ਕਹਿੰਦਾ ਦੇਖੋ ਕਿੰਨਾ ਰੋਂਦਾ ਪਿਆ, ਬਹੁਤ ਸਿੰਘਦਾ, ਬਹੁਤ ਤਰਲੇ ਕਰਦਾ, ਛੇਤੀ ਕਰੋ। ਮੈਂ ਕਿਹਾ ਮੈਂ ਪਹੁੰਚ ਗਿਆ, ਹੁਣ ਅੰਦਰ ਤੇ ਵੜ ਕੇ ਗੱਲ ਹੀ ਕਰਨੀ ਨਾ। ਫਿਰ ਹੀ ਮੈਨੇ ਮੈਂ ਤਦ ਤੱਕ ਜਾ ਕੇ ਆਪਣੇ ਕਾਪੀ ਤੋਂ ਸਾਡੀ ਸਾਂਝੀ ਕਾਪੀ 'ਚ ਮੈਂ ਪੈਸੇ ਕਢਾ ਕੇ ਉਹ ਉਹਨਾਂ ਨੂੰ ਪਾ ਦਿੱਤੇ। ਪਾਉਣ ਤੋਂ ਬਾਅਦ ਉਹ ਕਹਿੰਦੇ ਜੀ ਗੋਰਾ, ਕਹਿੰਦੇ ਤੁਸੀਂ ਜਲਦੀ ਪਾਓ ਤਾਂ ਕਿ ਇਹਨੂੰ ਇਸ ਮੁੰਡੇ ਨੂੰ ਇਕੱਲੇ ਨੂੰ ਕਢਾ ਦਈਏ ਅਤੇ ਬਾਕੀ ਦੋ ਅੰਦਰ ਰਹਿਣ, ਜੇ ਨਾ ਨਿਕਲੇ 10 ਸਾਲ ਦੀ ਇਹਨਾਂ ਨੂੰ ਕੈਦ ਹੋ ਜਾਣੀ। ਮੈਂ ਉਸ 10 ਸਾਲ ਦੇ ਮੂਰ ਦੇ ਖਿਆਲ ਦੇ ਵਿੱਚ ਹੀ ਮੈਂ ਕਿਹਾ ਚਲੋ ਠੀਕ, ਪਾ ਤੇ 1,80,000। ਬਾਅਦ 'ਚ ਕਹਿੰਦੇ ਜੀ ਉਹ ਗੋਰਾ ਮਰ ਗਿਆ। ਉਹ ਗੋਰੇ ਗਰੂ ਦੇ ਮਾਂ ਬਾਪ ਆ ਗਏ, ਉਹ ਹੋਰ ਪੈਸਾ ਮੰਗਦੇ ਤਾਂ ਛੱਡਣਾ। ਅਸੀਂ ਉਹਨਾਂ ਨਾਲ ਸਮਝੌਤਾ ਕਰਕੇ ਇਹਨਾਂ ਨੂੰ ਥੋੜ੍ਹੇ ਜਿਹੇ ਪੈਸੇ ਤੁਹਾਨੂੰ ਹੋਰ ਪਾਉਣੇ ਪੈਣੇ, 4,00,000 ਰੁਪਈਆ, ਅਤੇ ਮੈਂ ਹੁਣੇ ਛਡਾ ਦਿੰਦਾ। ਅਤੇ ਉਹਦੀ ਆਵਾਜ਼ ਮੈਨੂੰ ਰੋਂਦੇ ਦੀ ਆਵਾਜ਼ ਵੀ ਸੁਣਾਈ ਉਹਨੇ ਇੰਨੇ ਟਾਈਮ ਦੇ ਵਿੱਚ। ਫਿਰ ਮੈਂ ਪੈਸੇ ਪਾ ਦਿੱਤੇ, ਫਿਰ ਹਾਂ ਦੁਬਾਰਾ 4,00,000 ਪਾਇਆ ਚੈੱਕ ਕੱਟ ਕੇ। ਫਿਰ ਉਸ ਤੋਂ ਬਾਅਦ ਮੈਂ ਗੱਲ ਕਰਨ ਲਈ ਸੋਚਿਆ, ਕਹਿੰਦੇ ਨਹੀਂ ਜੀ ਤੁਸੀਂ ਗੱਲ ਨਾ ਕਰੋ, ਗੋਰੇ ਆ ਗਏ, ਇਹਨਾਂ ਨੂੰ ਗੱਲ ਦਾ ਪਤਾ ਲੱਗ ਜਾਣਾ, ਫਿਰ ਛੱਡਾ ਛਡਾਈ ਨਹੀਂ ਹੋਣੀ, ਅਤੇ ਮੇਰੇ ਨਾਲ ਗੱਲ ਨਹੀਂ ਕਰਾਈ। ਕਹਿੰਦੇ ਮੈਂ ਇਹਨੂੰ ਗੋਰੇ ਨੂੰ ਕਢਾ ਕੇ ਇਹਦੇ ਘਰ ਛੱਡ ਕੇ ਤੁਹਾਡੇ ਨਾਲ ਗੱਲ ਕਰਾਉਂਦਾ, ਤੁਸੀਂ ਹੁਣ ਘਰ ਚੱਲੋ। ਤਦ ਤੱਕ ਮੈਂ ਘਰ ਆ ਗਿਆ, ਤਦ ਤੱਕ ਮੇਰੀ ਸਾਲੀ ਨੂੰ ਮੇਰੇ ਰਿਸ਼ਤੇਦਾਰ ਨੂੰ ਪਤਾ ਲੱਗਿਆ ਥੋੜ੍ਹਾ ਥੋੜ੍ਹਾ। ਮੈਂ ਕਿਹਾ ਨਹੀਂ ਤੂੰ, ਕਹਿੰਦੇ ਪਾਪਾ ਜੀ ਤੁਸੀਂ, ਮੇਰੀ ਸਾਲੀ ਕਹਿੰਦੀ ਭਾਈ ਆ ਤੁਸੀਂ ਕਿੱਥੇ ਹੋ? ਮੈਂ ਕਿਹਾ ਮੈਂ ਕਿਧਰੇ ਵੀ ਨਹੀਂ ਹੈਗਾ, ਚੁੱਪ ਕਰੋ ਨਾ ਕਰੋ। ਉਹਨਾਂ ਨੂੰ ਮੈਂ ਡਾਂਟ ਮਾਰ ਕੇ ਘਰ ਆ ਗਿਆ। ਤਦ ਤੱਕ ਕੋਈ ਮੇਰੇ ਆਉਣ ਤੋਂ ਪਹਿਲਾਂ ਇਹਨਾਂ ਨਾਲ ਗੱਲ ਹੋ ਗਈ ਸੀ ਉਹਨਾਂ ਦੀ ਵੀ ਭਾਈਆ ਜੀ ਨੂੰ ਇਹ ਲੁੱਟ ਲਿਆ, ਭਾਈ ਇਹ ਗੱਲ ਨਹੀਂ ਸੱਚੀ ਦੱਸਦੇ ਪਏ। ਫਿਰ ਮੈਂ ਇੱਥੇ ਅੰਦਰ ਵੜਿਆ ਹੀ ਹਾਂ ਅਤੇ ਮੈਨੂੰ ਇਹਨਾਂ ਨੇ ਕਿਹਾ ਵੀ ਕਿੱਦਾਂ? ਮੈਂ ਕਿਹਾ ਮੈਂ ਤਾਂ ਪੈਸੇ ਪਾ ਗਿਆ ਗੋਲਡੀ ਨੂੰ। ਤਦ ਤੱਕ ਵਕੀਲ ਦਾ ਫਿਰ ਫੋਨ ਆ ਗਿਆ, ਸਾਨੂੰ ਵਧਾਈਆਂ ਦਿੱਤੀਆਂ ਕਿ ਮੈਂ ਹਲੋਂ ਬੱਚੇ ਨਾਲ ਗੱਲ ਕਰੋ, ਮੈਂ ਇਹਨਾਂ ਦਾ ਘਰ ਛੱਡ ਗਿਆ ਹਾਂ, ਮੈਂ ਇਹ ਹੋਇਆ ਉਹ ਹੈ, ਬਸ ਆਹ ਗੱਲਾਂ ਕਰਕੇ ਸਾਨੂੰ ਰਕਮ ਚਲੀ ਗਈ, ਪੂਰੀ ਪੂਰੀ ਰਕਮ ਚਲੀ ਗਈ ਸੀ, ਪੂਰਾ ਖਾਤਾ ਖਾਲੀ, ਬਿਲਕੁਲ ਖਾਲੀ ਹੋ ਗਿਆ। ਕੋਈ 10-20 ਰੁਪਈਏ ਹੋਣਗੇ ਜਿਹੜੇ ਹੋਣਗੇ, ਬਸ ਮੈਂ ਸਾਰਾ ਕਰਕੇ ਅਤੇ ਇੱਥੇ ਆਇਆ ਹੀ ਹਾਂ। ਅਤੇ ਫਿਰ ਸਾਡੇ ਮੇਰੇ ਰਿਸ਼ਤੇਦਾਰ ਮੇਰੇ ਤੋਂ ਵੀ ਪਹਿਲਾਂ ਇੱਥੇ ਰੋਣ ਪਿੱਟਣ ਦੇ ਟਾਈਮ 'ਤੇ ਉਹ ਵੀ ਆ ਗਏ। ਅਤੇ ਫਿਰ ਲੜਕੇ ਦੀ ਗੋਲਡੀ ਦੀ ਮਾਂ ਨੂੰ ਪਤਾ ਲੱਗਾ, ਉਹਨਾਂ ਨੇ ਫੋਨ ਕਰਤਾ, ਸਾਡੇ ਘਰ 'ਤੇ ਰੋਣ ਪਿੱਟਣਾ ਪੈ ਗਿਆ। ਫਿਰ 11-12 ਵਜੇ ਤੱਕ ਮੇਰੀਆਂ ਰਿਸ਼ਤੇਦਾਰ ਸਾਹਿਬ ਗੱਡੀਆਂ ਲੈ ਕੇ ਇੱਥੇ ਪਹੁੰਚ ਗਏ। ਤੁਸੀਂ ਜਦੋਂ ਤੁਹਾਡੇ ਨਾਲ ਗੱਲਬਾਤ ਹੋਈ ਆਪਸ 'ਚ ਨਹੀਂ ਗੱਲਬਾਤ ਕੀਤੀ, ਇਹਨਾਂ ਨੇ ਦੱਸਿਆ ਨਹੀਂ? ਮੈਨੂੰ ਬਿਲਕੁਲ ਦੱਸਿਆ, ਇੱਥੇ ਗੱਲ ਕਰਦੇ ਰਹੇ, ਮੈਂ ਇੱਥੇ ਲੰਮੀ ਪਈ ਰਹੀ ਹਾਂ, ਹੌਲੀ ਹੌਲੀ ਗੱਲਾਂ ਕਰਦੇ ਰਹੇ ਨੇ। ਇਹਨਾਂ ਨੇ ਨਹੀਂ ਮੇਰੇ ਕੰਨੀ ਆਵਾਜ਼ ਪਾਈ ਵੀ ਇਹ ਕੁਛ ਇਹ ਕਹਿਣ ਡੇ ਨਾ, ਜਾਂ ਕੀ ਕਹਿਣ ਡਿਆ, ਤਾਂ ਤੇਰਾ ਭਤੀਜਾ ਕਿਉਂ ਕਹਿਣ ਡਿਆ, ਜਾਂ ਆਪਾਂ ਪੈਸੇ ਹੈ ਦੇਣੇ ਕਿ ਨਹੀਂ ਦੇਣੇ। ਇਹਨਾਂ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ, ਨਾ ਕੰਨ ਨਾਲ ਫੋਨ ਨਹੀਂ ਲਾਇਆ। ਬਸ ਇਹਨਾਂ ਨੇ ਜਿਹੜੀ ਗੱਲ ਕਰਦਾ ਐਂ ਹੀ ਮੂੰਹ 'ਤੇ ਉਂਗਲ ਰੱਖ ਲੈਂਦੇ ਸੀ। ਹਾਂ, ਬੈਂਕਾਂ ਵਾਲਿਆਂ ਨੇ ਪੁੱਛਿਆ
ਵੀ ਪਾਪਾ ਜੀ ਤੁਸੀਂ ਸਾਨੂੰ ਦੱਸੋ ਤੁਹਾਡੇ ਤੋਂ ਕੋਈ ਦਬਾਅ ਪਾ ਰਿਹਾ ਅਸੀਂ ਉਹਦਾ ਹੱਲ ਕਰੀਏ ਵੀ ਪੈਸੇ ਪਾਈ ਜਾਓ ਸਾਰੇ ਬੈਂਕ ਵਾਲੇ ਫਿਰ ਸਾਡੇ ਘਰ ਆਏ ਹਾਂ ਬਸ ਕਹਿੰਦਾ ਇਹੀ ਮੂੰਹ 'ਤੇ ਉਂਗਲ ਰੱਖ ਕੇ ਕਹੇ ਵੀ ਤੁਸੀਂ ਪੈਸੇ ਪਾ ਦਿਓ ਉਹਨਾਂ ਨੂੰ ਸਾਰੇ ਹਾਂ ਬਾਪੂ ਤੋਂ ਤੁਸੀਂ ਤੁਸੀਂ ਗੱਲ ਕਰਨ ਦਾ ਸੋਚਿਆ ਨਹੀਂ ਮੈਂ ਮਾਤਾ ਨਾਲ ਗੱਲ ਕਰਾਂ ਜਾਂ ਉਹ ਜਿਹੜੇ ਗੋਲਡੀ ਦਾ ਪਰਿਵਾਰ ਹੈ ਉਹਨਾਂ ਗੱਲ ਮਨ ਕੀ ਨਹੀਂ ਆਇਆ ਮੈਂ ਨਹੀਂ ਆਇਆ ਮੈਂ ਕਿਹਾ ਮੈਂ ਗੋਲਡੀ ਦੱਸਦਾ ਮਤਲਬ ਵਕੀਲ ਨੂੰ ਕਿਹਾ ਮੈਂ ਕਿਹਾ ਮੈਂ ਇਹਦੀ ਮਾਂ ਨੂੰ ਦੱਸਾਂ ਤੁਸੀਂ ਹੋਰ ਮੇਰੇ ਕੋਲ ਪੈਸੇ ਮੰਗਾਉਂਦੇ ਪਏ ਅਤੇ ਮੈਂ ਇਹਦੀ ਮਾਂ ਨੂੰ ਦੱਸਾਂ ਜਾਂ ਇਹਦੀ ਮਿਸ਼ਨ ਕਰਦਾ ਉਹ ਕਨੇਡਾ ਪੈਸੇ ਲੈ ਕੇ ਆ ਜਾਂਦੇ ਵੀ ਜਿਵੇਂ ਦੂਜੀ ਵਾਰ 4 ਲੱਖ ਮੰਗਿਆ ਅਤੇ ਕਹਿੰਦੇ ਨਹੀਂ 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 ਇਹਨਾਂ ਨੇ ਕਾਨੂੰਨ ਹੈ ਕਨੇਡਾ ਦਾ ਉਹਨਾਂ ਦੇ ਟੱਬਰ ਨੂੰ ਚੁੱਕ ਕੇ ਅੰਦਰ ਲਿਆ ਆਉਣਾ ਸਾਨੂੰ ਹੋਰ ਮੁਸੀਬਤ ਪੈ ਜਾਣੀ ਗੋਲਡੀ ਤੈਨੂੰ ਕੀ ਹੋਇਆ ਤੇਰੀ ਭੂਈ ਨੂੰ ਤੂੰ ਪੈਸੇ ਮੰਗੇ ਨੇ ਉਹਨੇ ਕਿਹਾ ਮੰਮੀ ਮੈਂ ਵੀਡੀਓ ਕਾਲ ਕਰਨਾ ਭੂਈ ਨੂੰ ਉਹਨੇ ਫਿਰ ਸਾਨੂੰ ਵੀਡੀਓ ਕਾਲ ਕੀਤੀ ਕਹਿੰਦਾ ਭੂਈ ਦੇਖੋ ਮੈਂ ਗੱਡੀ ਟਰਾਲਾ ਲੈ ਕੇ ਅਮੈਰੀਕਾ ਨੂੰ ਜਾ ਰਿਹਾ ਉਹ ਗੱਡੀ ਚਲਾਉਣ ਡਿਆ ਅਮੈਰੀਕਾ ਨੂੰ ਜਾਣ ਡਿਆ ਮੈਂ ਤੁਹਾਡੇ ਕੋਲ ਨਹੀਂ ਪੈਸੇ ਮੰਗਾਏ ਮੇਰੀ ਤਾਂ ਔਰਤ ਇੱਥੇ ਸਾਲੇ ਇੱਥੇ ਮੈਂ ਤੁਹਾਡੇ ਕੋਲ ਕਿਉਂ ਪੈਸਾ ਮੰਗਾਉਣਾ ਸੀ ਉਹਨੇ ਆਹ ਜਵਾਬ ਦਿੱਤਾ ਉਸੇ ਵੇਲੇ ਉਸ ਦਿਨ ਤੋਂ ਲੈ ਕੇ ਸਾਡੇ ਨਾਲ ਬੱਚੇ ਨੇ ਕੋਈ ਗੱਲ ਫੋਨ ਨਹੀਂ ਕੀਤਾ ਉਹਨੇ ਜਿਹਦੇ ਮੂੰਹ 'ਚ ਅਸੀਂ ਪੈਸੇ ਭੇਜੇ ਉਹਨੇ ਸਾਨੂੰ ਫੋਨ ਤੱਕ ਨਹੀਂ ਪੁੱਛਿਆ ਤਾਂ ਅਗਰ ਜੇ ਪੁੱਛਾਂਗੇ ਤਾਂ ਉਸਦਾ ਮੇਰੇ ਕੋਲ ਪੈਸੇ ਨਾ ਮੰਗਣ ਉਹਨਾਂ ਇਹ ਵੀ ਗੱਲ ਇੱਕ ਵਿੱਚ ਨਵੀਂ ਹੈ ਤੁਸੀਂ ਤਾਂ ਬੇਸ਼ੱਕ ਇਹ ਗਲਤੀ ਹੋਈ ਜਾਣੇ ਜਾਣੇ ਦੇ ਵਿੱਚ ਠੱਗੀ ਵੱਜੀ ਹੈ ਪਰ ਤੁਸੀਂ ਤਾਂ ਅਸਲੀ ਗੋਲਡੀ ਨੂੰ ਪਿਆਰ ਪਿਆਰ ਦੇ ਰੂਪ 'ਚ ਮੇਰੇ ਸਾਲਾਂ ਨਾ ਕਹੇ ਵੀ ਮੈਂ ਮੇਰੇ ਭਰਮੀਏ ਨੂੰ ਪੈਸੇ ਮੰਗੇ ਤਾਂ ਕੀ ਮੈਨੂੰ ਰਿਸ਼ਤੇਦਾਰ ਮਤ ਨਹੀਂ ਦੇ ਸਕੇ ਮੇਰੇ ਦਿਮਾਗ 'ਚ ਇਹ ਮੋਹ ਰਿਹਾ ਅਤੇ ਉਹ ਦੇਖ ਲਓ ਅੱਜ ਤੱਕ ਉਸ ਲੜਕੇ ਨੇ ਹਾਲਾਂਕਿ ਉਹਦੀ ਮਾਂ ਫੋਨ ਕਰਦੀ ਉੱਤੋਂ ਇਹਨਾਂ ਨੂੰ ਮੈਂ ਨਹੀਂ ਕਿਸੇ ਪਰਿਵਾਰ ਦੀ ਗੱਲ ਸੁਣਦਾ ਨਾ ਉੱਦਣ ਮੈਂ ਉਹਨਾਂ ਦੇ ਫੋਨ ਹੀ ਨਹੀਂ ਚੁੱਕਦਾ ਆਰਮੀ ਦੇ ਵਿੱਚੋਂ ਰਿਟਾਇਰਡ ਉਹੀ ਫਿਰ ਜੁੜੇ ਹੋਣਗੇ ਪੈਸੇ ਹਾਂਜੀ ਪੈਨਸ਼ਨ ਦੇ ਜਿਹੜੇ ਮੇਰੇ ਵਾਅਦੇ ਘੰਟੇ ਫੰਡ ਪੁੰਡ ਮਿਲੇ ਆ ਉਹੀ ਹੋਰ ਤੇ ਮੇਰੀ ਕੋਈ ਆਮਦਨੀ ਨਹੀਂ ਹੈ ਪਰਿਵਾਰ ਦੇ ਵਿੱਚ ਤੁਸੀਂ ਦੋਨੋਂ ਬੱਚੇ ਸਾਡੇ ਬਾਹਰ ਨੇ ਸਾਡੇ ਨਾਲ ਉਹਨਾਂ ਦਾ ਕੋਈ ਸੰਪਰਕ ਨਹੀਂ ਕੋਈ ਸਾਡਾ ਉਹਨਾਂ ਨਾਲ ਲੈਣ ਦੇਣ ਨਹੀਂ ਉਹ ਉਹਨਾਂ ਦੇ ਆਪਣੇ ਕਹਿੰਦੇ ਵੀ ਸਾਡੇ ਬੱਚਿਆਂ ਦਾ ਆਪਣਾ ਹੀ ਸਰਦਾ ਅਤੇ ਦੂਸਰੀ ਗੱਲ ਇਹ ਵੀ ਸਾਡਾ ਦੋਵਾਂ ਜੀਆਂ ਦਾ ਪੈਨਸ਼ਨ ਸਰੀ ਜਾਂਦਾ ਅਤੇ ਥੋੜ੍ਹੇ ਜਿਹੇ ਦਾਣੇ ਘਰ ਦੇ ਆ ਜਾਂਦੇ ਆ ਇਸ ਕਰਕੇ ਅਸੀਂ ਉਹਨਾਂ ਨੂੰ ਵੀ ਤੰਗ ਨਹੀਂ ਕੀਤਾ ਕਦੀ ਨਹੀਂ ਤੰਗ ਕੀਤਾ ਕਦੀ ਨਹੀਂ ਪੈਸਾ ਮੰਗਿਆ ਬੇਟਾ ਰਹਿੰਦਾ ਤੁਹਾਡੇ ਕੋਲ ਹਾਂਜੀ ਆਉਂਦਾ ਜਾਂਦਾ ਆਉਂਦਾ 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 ਸਾਲ ਦੇ ਸਾਲ ਹੀ ਆਉਂਦਾ ਸਾਲ ਦੇ ਸਾਲ ਆਉਂਦਾ ਕਦੀ ਡੇਢ ਮਹੀਨੇ ਛੁੱਟੀ ਆ ਜਾ ਕਦੀ 2 ਮਹੀਨੇ ਛੁੱਟੀ ਆ ਜਾ ਕਦੀ 3 ਮਹੀਨੇ ਦੀ ਵੀ ਆ ਜਾ ਇਕੱਲਾ ਹੀ ਆਉਂਦਾ ਹਾਂ ਉਹ ਤਾਂ ਸਾਡੇ ਨਾਲ ਪਿਆਰ ਕਰਦਾ ਐਸੀ ਗੱਲ ਹਾਂ ਉਹਨਾਂ ਨੂੰ ਦੱਸਿਆ ਵੀ ਇੱਦਾਂ ਸਾਰੀ ਘਟਨਾ ਹੋਈ ਉਹਨਾਂ ਨੂੰ ਦੱਸਿਆ ਤੇ ਉਸ ਗਾਲਾਂ ਕੱਢਦੇ ਅੱਗੇ ਵੀ ਮੰਮੀ ਤੁਸੀਂ ਡੈਡੀ ਕੋਲ ਹੁਣ ਸਾਰੇ ਕਾਗਜ਼ ਲੈ ਲਓ ਪੈਨਸ਼ਨ ਦੇ ਜਦੋਂ ਵੀ ਤੁਸੀਂ ਜਾਣਾ ਪੈਨਸ਼ਨ ਆਪ ਨਾਲ ਲੈਣ ਜਾਣਾ ਇਹਨਾਂ ਨੂੰ ਨਹੀਂ ਪਤਾ ਲੱਗਦਾ ਅਤੇ ਤੁਸੀਂ ਹੁਣ ਇਹਨਾਂ ਨੂੰ ਕਾਗਜ਼ ਨਹੀਂ ਕੋਈ ਦੇਣਾ ਹੈਗਾ ਤਿੰਨ ਛਾਂਪਾਂ ਸੀ 4 ਤੋਲੇ ਦਾ ਕੜਾ ਸੀ ਤੋਲੇ ਛਾਂਪਾਂ ਸੀ 7 ਤੋਲੇ ਸੋਨਾ ਸੀ ਟਾਂਡੇ ਗਏ ਆ ਟਾਂਡੇ ਗਏ ਤੇ ਕਿਸੇ ਨੇ ਕਿਹਾ ਵੀ ਬਾਪੂ 10 ਰੁਪਈਏ ਦੇ ਤੇ ਇਹ ਕੱਢ ਕੇ ਦੇਣ ਲੱਗ ਪਏ ਦੇਣ ਲੱਗ ਪਏ ਤੇ ਉਹਨਾਂ ਨੇ ਕੋਈ ਨੱਕ ਨੂੰ ਸੰਗਾ ਕੇ ਤੇ ਸੋਨਾ ਸਾਰਾ ਲਾ ਕੇ ਲਿਆ ਇਹ ਬੜੇ ਬੜੀਆਂ ਇਹਨਾਂ ਨੇ ਕਾਂਡ ਕੀਤੇ ਉਦੋਂ 7 ਲੱਖ ਦਾ ਸੋਨਾ ਸਾਡਾ ਲੱਥਿਆ ਹਾਂ ਬੜੇ ਕਾਂਡ ਕੀਤੇ ਇਹਨਾਂ ਫਿਰ ਸਦਾਈ ਹੋ ਗਏ ਸੀ ਫਿਰ ਮੁੜ ਕੇ ਠੀਕ ਹੋਏ ਇਹ ਹੈ ਭੋਲੇਪਨ ਹਾਂ ਭੋਲਾਪਨ ਬਹੁਤ ਇਹਨਾਂ 'ਚ ਭੋਲਾਪਨ ਦੂਜੇ ਪਿੰਡ ਚਲਾ ਗਿਆ ਸੀ ਨੱਥੂਪੁਰ ਤੇ ਮੈਂ ਕਿਹਾ ਵੀ ਮੇਰਾ ਇਹ ਵੀ ਪਿੰਡ ਨਹੀਂ ਹੈਗਾ ਮੇਰੇ ਪਿੰਡ ਨੱਥੂਪੁਰ ਆ ਕੁਛ ਲਾਇਆ ਕਪੜਾ ਲਾ ਕੇ ਬਹੁਤ ਨੁਕਸਾਨ ਕਰਦੇ ਜਾਨੀ ਇਹਨਾਂ ਦਾ
पर मेरा भी कई बार दिल काला पै जाता कि इन्हू छड़ के चल जा कितें। हाँ टुट जाता। ਹੁਣ ਬਾਪੂ ਜੀ ਕੰਪਲੇਂਟ ਵਗੈਰਾ ਕੀਤੀ ਹੈ ਪੁਲਿਸ ਨੂੰ, ਬੈਂਕ ਵਾਲੇ ਕੀ ਕਹਿੰਦੇ ਨੇ? ਬੈਂਕ ਵਾਲਿਆਂ ਨੇ ਤਾਂ ਜਿੰਨੇ ਪੇਪਰ 'ਚ ਮੰਗੇ ਸੀ ਉਹਨਾਂ ਨੇ ਦੇ ਦਿੱਤੇ, ਅਸੀਂ SSP ਸਾਹਿਬ ਨੇ ਸੁਝਾਓ ਬੋਕਸ ਦੇ ਵਿੱਚ ਪਾਇਆ ਸੀ, ਉਹਨਾਂ ਨੇ ਫਿਰ ਸਾਨੂੰ ਇੱਕ ਭੇਜਿਆ ਸੀ ਮੈਸੇਜ ਕਿ ਅਸੀਂ ਖੈਰ ਸਾਹਿਬ ਵਾਲਿਆਂ ਨੂੰ ਦੇ ਦਿੱਤਾ ਤੁਹਾਡਾ ਕੇਸ। ਉਸ ਤੋਂ ਬਾਅਦ ਆਇਆ ਕਿ DGP ਪੰਜਾਬ ਨੂੰ ਅਸੀਂ ਤੁਹਾਡਾ ਚਲਾਨ ਦੇ ਦਿੱਤਾ। ਇੱਥੇ ਤੱਕ ਸਾਨੂੰ ਮੈਸੇਜ ਆਇਆ ਉਹਨਾਂ। ਉਸ ਤੋਂ ਬਾਅਦ ਸਾਨੂੰ ਨਹੀਂ ਪਤਾ। ਬੈਂਕ ਵਾਲੇ ਦੱਸਦੇ ਨੇ ਵੀ ਕਿੱਥੋਂ ਦੇ ਉਹ ਬੰਦੇ ਨਿਕਲੇ ਨੇ, ਕਿੱਥੇ ਗਏ ਪੈਸੇ? ਉਸੇ ਵੇਲੇ ਹੀ ਆ ਗਿਆ ਉੱਥੇ ਜਵਾਬ ਵੀ ਪੈਸਾ ਭੋਪਾਲ ਪਹੁੰਚ ਗਿਆ, ਤੁਹਾਡੇ ਗੈਂਡ ਸੀ। ਉਹ ਜਿਹੜਾ ਐਡਰੈਸ ਲੈ ਕੇ ਦਿੱਤਾ ਨਾ ਉਹ ਭੋਪਾਲ ਦਾ, ਬੈਂਕ ਤੋਂ ਕਿਹੜੇ ਬੈਂਕ 'ਚ ਗਏ ਨੇ, ਕਿਸ ਤਰ੍ਹਾਂ ਗਏ ਨੇ, ਉਹ ਬੈਂਕ ਦੀ ਜਿਹੜੀ ਜਾਣ ਅਜੇ ਮੇਰੇ ਫੋਨ 'ਤੇ ਉਹ ਗਏ ਪਰਸੋਂ। ਬੈਂਕ ਵਾਲਿਆਂ ਨੇ ਇੰਨੀ ਗੱਲ ਦੱਸੀ ਹੈ ਵੀ ਉਸ ਬੈਂਕ ਦੇ ਨਾਲ ਬੈਂਕ ਵਾਲਿਆਂ ਨਾਲ ਸੰਪਰਕ ਕੀਤਾ, ਕਿਉਂਕਿ ਬੈਂਕਾਂ ਦੇ ਅਧਿਕਾਰੀ ਤਾਂ ਇੱਕ ਦੂਜੇ ਨੂੰ ਸੰਪਰਕ ਕਰ ਹੀ ਸਕਦੇ? ਗੱਲਬਾਤ ਨਹੀਂ ਹੋਈ, ਵੈਸੇ ਉਹਨਾਂ ਨੇ ਕੱਢ ਕੇ ਉਹਨਾਂ ਨੇ ਸਾਰਾ ਡਾਟਾ ਦੇ ਦਿੱਤਾ। ਸਰਕਾਰ ਤੋਂ ਭਗਵੰਤ ਮਾਨ ਸੀਐਮ ਨੇ ਜਾਂ ਅਸੀਂ ਆਪਣਾ ਬੜੀ ਪਾ ਜੋੜਿਆ ਸੀ, ਸਾਡੀ 80 ਸਾਲ ਉਮਰ ਹੋ ਚੁੱਕੀ ਹੈ, 80ਵਾਂ ਸਾਲ ਲੱਗਿਆ ਅਤੇ ਕੁਛ ਸਾਡੇ 'ਤੇ ਬੋਲਾਪਨ ਆ ਗਿਆ, ਕੁਛ ਸੁਝਾਉ ਸਾਡੇ ਦਿਮਾਗ 'ਚ ਇੰਨਾ ਨਹੀਂ ਆਉਂਦਾ, ਅਤੇ ਅਸੀਂ ਮਤਲਬ ਵੀ ਉਹ ਸੁਝਾਉ ਪੁੱਤਰ ਦੇ ਮੂੰਹ 'ਚ ਅਸੀਂ ਆ ਗਏ, ਉਹ ਇਹ ਕੰਮ ਹੋ ਗਿਆ। ਅਤੇ ਸਾਡੀ ਬੇਨਤੀ ਹੈ ਕਿ ਸਾਡੀ ਮਦਦ ਕੀਤੀ ਜਾਏ, ਸਾਨੂੰ ਇਹ ਪੈਸਾ ਜਿਹੜਾ ਵਾਪਸ ਕਰਵਾਇਆ ਜਾਏ। ਸਾਡੀ ਸਰਕਾਰ ਅੱਗੇ ਇਹ ਵੀ ਬੇਨਤੀ ਹੈ ਕਿ ਜੇ ਜਦੋਂ ਇਹਨਾਂ ਨੂੰ ਸਰਕਾਰ ਨੂੰ ਪਤਾ ਲੱਗਦਾ ਸਾਡੇ ਨਾਲ ਉਹ ਸਾਡਾ ਸਾਥ ਦੇਣ। ਬਿਲਕੁਲ ਮਾਤਾ ਜੀ, ਸਾਰਾ ਕੁਝ ਹੋ ਗਿਆ, ਗੁਜ਼ਾਰਾ ਤਾਂ ਸਿਰਫ ਉਹਨਾਂ ਪੈਸਿਆਂ ਦੇ ਨਾਲ ਹੀ ਚੱਲਦਾ ਹੋਊਗਾ ਜਾਂ ਪੈਨਸ਼ਨ ਦੇ ਨਾਲ ਹੀ ਚੱਲਦਾ? ਹਾਂ, ਪੈਨਸ਼ਨ ਨਾਲ ਵੀ ਤਾਂ ਚੱਲਦਾ, ਹੋਰ ਨਹੀਂ ਕੁਝ। ਔਖਾ ਸਮਾਂ ਆਇਆ ਜੇ ਕੋਈ ਜੇ ਜ਼ਰੂਰਤ ਪੈ ਜਾਵੇ ਪੈਸੇ ਦੀ, ਫਿਰ ਕਹਿੰਦੇ ਕਿਹਦੇ ਕੋਲ ਮੰਗਾਂਗੇ। ਹੈਂ, ਬਸ ਇਹੋ ਹੀ ਟੈਨਸ਼ਨ ਜਿਹੀ ਦਿਮਾਗ 'ਤੇ ਬੈਠਿਆ ਰਹਿੰਦੀ 24 ਘੰਟੇ ਸੋਚ ਰਹਿੰਦੀ ਹੈ ਕਿਉਂ ਗਿਆ, ਮੇਰੇ ਕੋਲੋਂ FT ਲੈ ਕੇ ਨਿਕਲੇ ਨੇ, ਮੈਂ ਬੈਠੀ ਆ, ਮੈਨੂੰ ਨੀ ਦੱਸਿਆ, FT ਲੁਕੋ ਕੇ ਲੈ ਗਏ ਨੇ, ਹੋਰ ਕੀ ਕਰਨਾ। ਤਾਂ ਬਿਲਕੁਲ ਇੱਕ ਪੂੰਜੀ ਇਨਸਾਨ ਜੋੜਦਾ ਹੈ, ਉਹ ਇੰਨੀ ਚਿਰ ਮਿਹਨਤ ਕਰਦਾ ਹੈ ਔਰ ਸਾਂਭ ਕੇ ਰੱਖਦਾ ਵੀ ਬੁਢੇਪਾ ਚੰਗਾ ਗੁਜ਼ਰੇਗਾ ਉਸ ਪੈਸੇ ਦੇ ਨਾਲ। ਜੇ ਕੱਲ੍ਹ ਕਿਤੇ ਕੋਈ ਦਵਾਈ ਦਾਰੂ ਦੀ ਲੋੜ ਪੈਂਦੀ ਹੈ, ਕੋਈ ਢਿੱਲਾ ਮੱਠਾ ਆਉਂਦਾ ਉਹ 'ਤੇ ਲਾ ਸਕਦਾ, ਕੋਈ ਘਰ ਦੇ ਵਿੱਚ ਕੋਈ ਵਾਧਾ ਘਾਟਾ ਹੁੰਦਾ ਤਾਂ ਉਹ ਉਹਨਾਂ ਪੈਸਿਆਂ ਦੇ ਨਾਲ ਆਪਣਾ ਜੀਵਨ ਨੂੰ ਬਸਰ ਕਰ ਸਕਦਾ। ਪਰ ਠੱਗ ਇਹ ਲੋਕ ਜਿਹੜੇ ਹਮੇਸ਼ਾ ਆਪ ਹੱਥੀਂ ਕੁਝ ਨਹੀਂ ਕਰਨਾ ਪਰ ਦੂਸਰੇ ਦੀ ਕਮਾਈ 'ਤੇ ਅੱਖ ਰੱਖਣੀ ਆ, ਉਹ ਇਸ ਤਰੀਕੇ ਦੇ ਨਾਲ ਆਪਣੀਆਂ ਗੱਲਾਂ ਦੇ ਜਾਲ ਦੇ ਵਿੱਚ ਭੋਲੇ ਪਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਦੀ ਪੂੰਜੀ ਝਟਪਟ ਦੇ ਵਿੱਚ ਉਡਾ ਕੇ ਲੈ ਜਾਂਦੇ ਨੇ। ਤਾਂ SSP ਸਾਹਿਬ ਦੇ ਕੋਲ ਤੱਕ ਦਰਖਾਸਤ ਦੇ ਦਿੱਤੀ ਗਈ ਹੈ, DAG ਸਾਹਿਬ ਨੂੰ ਦਰਖਾਸਤ ਦਿੱਤੀ ਗਈ ਹੈ ਔਰ ਸਿੱਧੇ ਤੌਰ ਦੇ ਉੱਤੇ CM ਭਗਵੰਤ ਮਾਨ ਹੋਣਾ ਨੂੰ ਵੀ ਅਪੀਲ ਕੀਤੀ ਹੈ ਕਿ ਜਿੰਨੀ ਜਲਦੀ ਹੋ ਸਕਦਾ ਇਸ ਪੂਰੇ ਮਾਮਲੇ ਦੇ ਵਿੱਚ ਕੋਈ ਸਖ਼ਤ ਐਕਸ਼ਨ ਲਿਆ ਜਾਵੇ, ਕਿਉਂਕਿ ਐਕਸ਼ਨ ਮੈਂ ਇਸ ਕਰਕੇ ਵੀ ਕਹਿ ਰਿਹਾ ਵੀ ਜੇ ਇੱਕ ਬੈਂਕ ਦੇ ਅਧਿਕਾਰੀ ਦੂਸਰੀ ਬੈਂਕ ਦੇ ਅਧਿਕਾਰੀ ਨੂੰ ਗੱਲ ਕਰਨ, ਜੇ ਸਹੀ ਤਰੀਕੇ ਦੇ ਨਾਲ ਇਸ ਪੂਰੇ ਮਾਮਲੇ 'ਤੇ ਤਫਤੀਸ਼ ਹੋਵੇ ਤਾਂ ਘੱਟੋ ਘੱਟ ਡਾਕੂਮੈਂਟ ਦਿੰਦੇ ਹਾਂ ਤਾਂ ਫਿਰ ਹੀ ਖਾਤਾ ਖੁੱਲ੍ਹਦਾ ਹੈ, ਤਾਂ ਉਸ ਇਨਸਾਨ ਤੱਕ ਉਹਨਾਂ ਠੱਗਾਂ ਤੱਕ ਪਹੁੰਚਿਆ ਜਾ ਸਕਦਾ ਜਿਨ੍ਹਾਂ ਨੇ ਇਸ ਠੱਗੀ ਨੂੰ ਅੰਜਾਮ ਦਿੱਤਾ ਹੈ। ਦੇਖਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਿਸ ਇਸ ਪੂਰੇ ਮਾਮਲੇ ਵਿੱਚ ਕਿਸ ਤਰੀਕੇ ਦੀ ਕਾਰਵਾਈ ਕਰਦੀ ਹੈ। ਕੈਮਰਾਮੈਨ ਰਹੀਸ਼ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਪਿੰਡ ਮਿਆਣੀ।